ਅੱਜ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ। ਮੈਂ ਧੰਨਵਾਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ, ਇੰਟਕ, ਐਟਕ, ਸੀਟੂ, ਬੈਂਕ ਇੰਪਲਾਈਜ਼ ਅਤੇ ਜਿਹੜੇ ਇੰਡਸਟਰੀਅਲ ਵਰਕਰਸ ਨੇ। ਮੈਂ ਧੰਨਵਾਦੀਆਂ ਟਰਾਂਸਪੋਰਟ ਵਾਲਿਆਂ ਦਾ, ਪੰਜਾਬ ਰੋਡਵੇਜ਼, PRTC ਔਰ ਪ੍ਰਾਈਵੇਟ ਬੱਸਾਂ ਵਾਲਿਆਂ ਦਾ। ਮੈਂ ਧੰਨਵਾਦੀਆਂ ਹਰ ਉਸ ਵਰਗ ਦਾ ਜਿਨ੍ਹਾਂ ਨੇ ਸਾਡਾ ਇਸ ਅੰਦੋਲਨ ਵਿੱਚ ਸਾਥ ਦਿੱਤਾ। ਇਹ ਅੰਦੋਲਨ ਅੱਜ ਅਸਲ ਵਿੱਚ ਜੇ ਸਹੀ ਮਾਨੇ 'ਚ ਦੇਖੋ ਤਾਂ ਦੇਸ਼ ਨੂੰ ਠੀਕ ਲੀਹ 'ਤੇ ਲਿਆਉਣ ਵੱਲ ਮੋਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ। ਉਹ ਧਾਰਮਿਕ ਮੁੱਦਿਆਂ 'ਤੇ, ਜਾਤ ਪਾਤ ਦੇ ਮੁੱਦਿਆਂ 'ਤੇ, ਰਾਮ ਮੰਦਿਰ ਦੇ ਮੁੱਦੇ 'ਤੇ ਲੋਕਾਂ ਦਾ ਧਿਆਨ ਭਟਕਾ ਕੇ ਅਗਲੀਆਂ ਚੋਣਾਂ ਲੜਨੀਆਂ ਚਾਹੁੰਦੇ ਨੇ। ਲੋਕਾਂ ਦੇ ਮੁੱਦੇ ਇਹ ਨਹੀਂ, ਲੋਕਾਂ ਦੇ ਘਰਾਂ 'ਚ ਗਰੀਬੀ ਹੈ, ਲੋਕਾਂ ਦੇ ਬੱਚੇ ਇੱਥੋਂ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ, ਉਹਨੂੰ ਭਵਿੱਖ ਨਜ਼ਰ ਨਹੀਂ ਆਉਂਦਾ, ਅਨਇੰਪਲਾਇਮੈਂਟ ਹੈ, ਇੱਥੇ ਨਸ਼ਿਆਂ ਦਾ ਮੁੱਦਾ ਹੈ, ਇੱਥੇ ਜਿਹੜੇ ਲੋਕਾਂ ਦੇ ਮੁੱਦੇ ਨੇ, ਆਰਥਿਕ ਮੁੱਦੇ ਨੇ, ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ, ਉਹਨਾਂ ਨੂੰ ਹਾਈਲਾਈਟ ਕਰਨ ਦਾ ਇਹ ਪਹਿਲਾ ਉਪਰਾਲਾ ਹੈ। ਔਰ ਅਸੀਂ ਅਗਲਾ ਪ੍ਰੋਗਰਾਮ 18 ਤਰੀਕ ਦੀ ਮੀਟਿੰਗ ਵਿੱਚ ਤੈਅ ਕਰਕੇ ਸਾਰੇ ਦੇਸ਼ ਲਈ ਫਿਰ ਅਗਲਾ ਪ੍ਰੋਗਰਾਮ ਦੇਵਾਂਗੇ। ਅਤੇ ਮੈਂ ਇੱਥੇ ਜਿਹੜੇ ਸਾਡੇ ਸਾਥੀ ਖੜ੍ਹੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਪੰਜਾਬ 'ਚ ਜਿਹੜੇ ਥਾਂ ਥਾਂ ਖੜ੍ਹੇ ਨੇ, ਅੱਜ ਡਿਊਟੀ ਦੇ ਰਹੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ। ਅਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਦੁਕਾਨਦਾਰਾਂ ਨੇ, ਵਪਾਰੀਆਂ ਨੇ, ਆੜ੍ਹਤੀਆਂ ਨੇ, ਸਾਰੇ ਵਰਗਾਂ ਨੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਇਸ ਕਾਮਯਾਬੀ ਲਈ ਵਧਾਈ। ਔਰ ਮੈਨੂੰ ਯਕੀਨ ਹੈ ਹਰ ਹਾਲਤ ਵਿੱਚ ਅਸੀਂ ਮੋਦੀ ਨੂੰ ਮੋੜਾ ਪਾ ਸਕਾਂਗੇ। ਰਾਜਾ ਸਾਹਿਬ, ਜਿਵੇਂ ਤੁਹਾਡਾ ਇਸ ਤੋਂ ਬਾਅਦ ਦਿੱਲੀ ਜਾਣ ਦਾ ਵੀ ਕੋਈ ਪ੍ਰੋਗਰਾਮ ਹੈ, ਜਿਵੇਂ ਕਿ ਦੂਜੀਆਂ ਦੋ ਜਥੇਬੰਦੀਆਂ ਉੱਥੇ ਬੈਠੀਆਂ ਅਤੇ ਬਾਕੀ ਉਹ 18 ਤਰੀਕ ਦੀ ਮੀਟਿੰਗ ਸਾਰਾ ਕੁਝ ਜੋ ਤੈਅ ਹੋਏਗਾ ਦੱਸ। ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਹੁਣ ਦੇ ਨਵੇਂ ਜਿਹੜੇ ਲੈ ਕੇ ਜਿਹੜੇ ਦੁਬਾਰਾ ਮੀਟਿੰਗਾਂ ਹੋ ਰਹੀਆਂ ਨੇ? ਨਹੀਂ, ਉਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ, ਸਾਡੇ ਮੁੱਦਿਆਂ ਦਾ ਕੋਈ ਮਤਭੇਦ ਨਹੀਂ, ਤਕਰੀਬਨ ਉਹੀ ਸਾਡੀਆਂ ਮੰਗਾਂ ਨੇ ਜੋ ਉਹ ਲੜ ਰਹੇ ਨੇ, ਅਤੇ ਅਸੀਂ ਉਹ ਤੋਂ ਕੋਈ ਅਲੱਗ ਨਹੀਂ। ਕਿੱਥੇ ਕਿੱਥੇ ਹੋਇਆ ਜੀ ਸਾਰੇ ਪ੍ਰੋਟੈਸਟ, ਕਿੱਥੇ ਕਿੱਥੇ ਦੇ ਰਿਪੋਰਟਾਂ ਨੇ ਕੀ ਸਾਰੇ? ਦੇਖੋ, ਇਹਨਾਂ ਨੇ ਸਾਡੇ ਬੰਦੇ ਜਿਹੜੇ ਸਾਡੇ ਆਗੂ ਸੀ ਬਿਹਾਰ ਵਿੱਚ, ਕੁਛ ਸਾਊਥ ਵਿੱਚ ਅਤੇ ਹਰਿਆਣੇ 'ਚ, ਮੱਧ ਪ੍ਰਦੇਸ਼ 'ਚ, ਉਹਨਾਂ ਨੂੰ ਘਰੋਂ ਘਰੀ ਨਜ਼ਰਬੰਦ ਕੀਤਾ ਅੱਜ, ਪਰ ਇਹਦੇ ਨਾਲ ਭਾਰਤ ਬੰਦ ਵਿੱਚ ਤਾਂ ਕੋਈ ਅਸਰ ਨਹੀਂ ਪਿਆ। ਇਹਦਾ ਉਦੋਂ ਸਿਰਫ ਇਹ ਜ਼ਾਹਰ ਹੋਇਆ ਵੀ ਸਰਕਾਰ ਨੂੰ ਘਬਰਾਹਟ ਹੈ ਇਸ ਅੰਦੋਲਨ ਤੋਂ, ਉਹਨਾਂ ਨੂੰ ਕਸ਼ਟ ਹੋਇਆ। ਉਹ ਸਾਡਾ ਮੰਤਵ ਜਿਹੜਾ ਉਹ ਸਫਲ ਹੁੰਦਾ ਲੱਗਦਾ, ਔਰ ਮੈਨੂੰ ਲੱਗਦਾ ਉਹਨਾਂ ਨੂੰ ਜੇ ਉਹ ਰਾਮ ਨੂੰ ਮੰਨਦੇ ਨੇ ਤਾਂ ਰਾਮ ਉਹਨਾਂ ਨੂੰ ਸੁਧ ਬੁੱਧੀ ਦਊ, ਉਹ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣਗੇ। 18 ਤਰੀਕ ਤੋਂ ਬਾਅਦ ਵੀ ਜੇ ਕੋਈ ਸੋਲਵ ਨਹੀਂ ਹੁੰਦਾ ਮੁੱਦਾ ਤਾਂ ਉਸ ਤੋਂ ਬਾਅਦ ਕੀ ਰਣਨੀਤੀ ਹੋਗੀ? 18 ਦੀ ਮੀਟਿੰਗ 'ਚ ਸਾਨੂੰ ਡਿਸਕਸ ਕਰਨਗੇ। ਪੰਜਾਬ 'ਚ ਕੀ ਪੀਸ਼ਨ ਕਿੰਨਾ ਕੁ ਹੈਗਾ, ਹੁੰਗਾਰਾ ਕਿੱਥੇ ਕਿੱਥੇ ਹੈਗਾ? ਮੁਕੰਮਲ ਹੈ, ਲੋਕ ਆਪ ਮੁਹਾਰੇ ਇਹ ਬੰਦ ਵਿੱਚ ਸ਼ਾਮਲ ਹੋਏ ਨੇ। ਕੋਈ ਸਾਨੂੰ ਬਹੁਤ ਤਰੱਦਤ, ਜਿਵੇਂ ਕਿਸੇ ਵੇਲੇ ਹੁੰਦਾ ਸੀ ਜਦੋਂ ਕੋਈ ਸ਼ਹਿਰ ਬੰਦ ਕਰਨਾ ਹੁੰਦਾ ਸੀ, ਦੁਕਾਨਦਾਰ ਅੜ ਜਾਂਦੇ ਹੁੰਦੇ ਸੀ, ਇੱਦਾਂ ਦੀ ਕਿਤੇ ਸਥਿਤੀ ਨਹੀਂ ਬਣੀ। ਸਾਰੇ ਥਾਂ ਲੋਕ ਆਪ ਮੁਹਾਰੇ ਇਹਦੇ ਵਿੱਚ ਸ਼ਾਮਲ ਹੋਏ। ਰਾਜਾ ਸਾਹਿਬ, ਜਿਵੇਂ ਕਿ ਹਿਊਮਨ ਰਾਈਟਸ ਵਾਲੇ, ਜਿਵੇਂ ਕਿ ਕੋਈ ਕਿਸੇ 'ਤੇ ਮਾੜਾ ਜਿਹਾ ਵੀ ਹੋ ਜਾਵੇ ਉਦੋਂ ਬਾਅਦ ਕਾਰਵਾਈ ਕਰਾਉਣ ਲਈ ਭੱਜਣ ਫਿਰ ਲੱਗ ਜਾਂਦੇ, ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਨੌਜਵਾਨਾਂ 'ਤੇ ਉੱਥੇ ਹਮਲੇ ਵੀ ਹੋ ਰਹੇ ਨੇ, ਉਹਨਾਂ ਲਈ ਕਿਸੇ ਨੇ ਨਹੀਂ ਆਇਆ ਤਾਂ ਕੀ? ਤੁਸੀਂ ਸ਼ਾਇਦ ਨੋਟਿਸ ਨਹੀਂ ਕਰਦੇ, ਕੱਲ੍ਹ ਅਸੀਂ 3 ਘੰਟੇ ਜਿਹੜੇ ਟੋਲ ਪਲਾਜ਼ੇ ਸੀ ਫ੍ਰੀ ਰੱਖੇ, ਅੱਜ ਹਰਿਆਣੇ 'ਚ ਵੀ ਸਾਡੀਆਂ ਜਥੇਬੰਦੀਆਂ ਫ੍ਰੀ ਕਰ ਰਹੀਆਂ ਨੇ, ਔਰ ਕੱਲ੍ਹ ਕੁਛ ਥਾਵਾਂ 'ਤੇ ਰੇਲਵੇ ਵੀ ਰੋਕ ਕੇ ਰੱਖੀ, ਉਹ ਉਹਨਾਂ ਦੀ ਸਪੋਰਟ 'ਚ ਸੀ ਔਰ ਹਰਿਆਣਾ ਸਰਕਾਰ ਦੀ ਨਿੰਦਾ ਲਈ ਸੀ। ਤਕਰੀਬਨ ਇੱਕੋ ਨੇ ਡਿਮਾਂਡਸ, ਕੋਈ ਨਹੀਂ। ਦੇਖੋ, MSP ਦੀ ਡਿਮਾਂਡ ਹੈ, ਸਵਾਮੀਨਾਥਨ ਕਮਿਸ਼ਨ ਦੀ C2+50% ਦੀ ਡਿਮਾਂਡ ਹੈ, ਅਤੇ ਕਰਜ਼ਾ ਮੁਕਤੀ ਦੀ ਡਿਮਾਂਡ ਹੈ, ਅਤੇ ਬਾਕੀ ਜਿਹੜੀਆਂ ਡਿਮਾਂਡਸ ਨੇ ਉਹ ਜਿਹੜੀਆਂ ਮੰਨੀਆਂ ਹੋਈਆਂ ਮੁਕਰੇ ਹੋਏ ਨੇ, ਜਿਹੜਾ ਕੇਸ ਵਾਪਸ ਲੈਣ ਦੀ, ਲਖੀਮਪੁਰ ਖੀਰੀ ਵਾਲਾ ਮਾਮਲਾ, ਇਹ ਸਾਰੀਆਂ ਮੰਗਾਂ ਤਕਰੀਬਨ ਉਹੀ ਨੇ ਜਿਹੜੀਆਂ ਉਹਨਾਂ ਦੀਆਂ ਨੇ, ਉਹੀ ਸਾਡੀਆਂ ਨੇ। ਅਸੀਂ ਹੁਣ ਤੱਕ ਇਕੱਠੇ ਰਹੇ ਹਾਂ। ਅਨਫੋਰਚੁਨੇਟ ਪਹਿਲੂ ਹੈ ਵੀ ਦੋ ਸੱਜਣ ਅਲੱਗ ਚਲੇ ਗਏ, ਉਹਨਾਂ ਨੇ ਸ਼ੁਰੂ ਕਰ ਲਿਆ, ਪਹਿਲਾਂ ਕਰ ਲਿਆ, ਅਸੀਂ ਵੀ ਉਸ ਪਾਸੇ ਵੱਧ ਰਹੇ ਸੀ। ਰਾਜਾ ਸਾਹਿਬ, ਇਹ ਨਹੀਂ ਲੱਗਦਾ ਜਿਵੇਂ ਕਿ ਉਹ ਗਾਹਾਂ ਗਾਹਾਂ ਮੀਟਿੰਗਾਂ ਪਾ ਰਹੇ ਨੇ, ਕਿਉਂਕਿ
ਜਿਹੜਾ ਸਰਕਾਰ ਦਾ ਵੀ ਸਮਾਂ ਖਤਮ ਹੋਣ ਜਾ ਰਿਹਾ, ਚੋਣ ਜਾਬਤਾ ਵੀ ਲੱਗ ਜਾਊਗਾ, ਕੀ ਇਹ ਟਾਲਣ ਦੀ ਪਟੋਲ ਦੀ ਨੀਤੀ ਦਾ ਹੀ ਲੱਗਦੀ ਬਈ? ਜੇ ਚੋਣ ਜਾਬਤਾ ਵੀ ਲੱਗ ਜੂ, ਤੁਹਾਡਾ ਕੀ ਖਿਆਲ ਵੀ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਮੁੱਕ ਗਿਆ? ਅਸੀਂ ਜਿਉਣ ਨਹੀਂ ਦਿੰਦੇ ਮੋਦੀ ਨੂੰ, ਏਡੀ ਗੱਲ ਨਹੀਂ ਹੈ ਜਿੱਥੇ ਭੱਜਣਾ ਭੱਜ ਲਏ। ਇਹ ਅੰਦੋਲਨ ਹੁਣ ਸਾਰੇ ਦੇਸ਼ ਵਿੱਚ ਸਪੀਡ ਫੜ ਰਿਹਾ, ਔਰ ਜੇ ਦੁਬਾਰਾ ਜਿੱਤ ਕੇ ਵੀ ਆ ਗਿਆ ਤਾਂ ਵੀ ਉਹਨੂੰ ਆਰਾਮ ਨਾਲ ਰਾਜ ਨਹੀਂ ਕਰਨ ਦਿੰਦੇ, ਹੁਣ ਇਹ ਚੱਲਦਾ ਰਹੂਗਾ। ਲੋਕਾਂ ਚ ਜਾਗਰੂਕਤਾ ਆਈ ਹੈ ਇਸ ਅੰਦੋਲਨ ਤੋਂ। ਦੋ ਗੱਲਾਂ ਹੋਈਆਂ, ਇੱਕ ਬੜੀ ਗੱਲ ਵੀ ਲੋਕਾਂ ਨੂੰ ਜ਼ਬਾਨ ਮਿਲ ਗਈ, ਲੋਕ ਬੋਲਣਾ ਸਿੱਖ ਗਏ, ਲੋਕ ਸਵਾਲ ਕਰਨਾ ਸਿੱਖ ਗਏ। ਦੂਜੀ, ਇਸ ਅੰਦੋਲਨ ਨੇ ਸਾਰੀ ਦੁਨੀਆਂ 'ਚ ਧਾਕ ਪਾਈ ਹੈ। ਮੈਂ ਹੁਣ ਜਾ ਰਿਹਾ, ਮੈਨੂੰ ਚੰਡੀਗੜ੍ਹ ਸੱਦਿਆ, ਕੁਛ ਪੱਤਰਕਾਰ ਬਾਹਰਲੇ ਦੇਸ਼ਾਂ ਤੋਂ ਆਏ ਨੇ, ਉਹ ਉੱਥੇ ਦੇ ਯੂਰਪ ਦੇ ਉਹਨਾਂ ਅੰਦੋਲਨਾਂ ਨੂੰ ਕਵਰ ਕਰਕੇ ਇੱਥੇ ਮੈਨੂੰ ਇੰਟਰਵਿਊ ਕਰਨ ਆਏ ਨੇ, ਮੈਂ ਉੱਥੇ ਚੱਲੇ। ਇਹਦਾ ਮਤਲਬ ਇਹ ਹੈ ਵੀ ਇਸ ਅੰਦੋਲਨ ਦੀ ਸਾਰੀ ਦੁਨੀਆਂ 'ਚ ਧਾਕ ਪਈ ਹੈ। ਇੱਕ ਅੱਜ ਸ਼ਹੀਦ ਵੀ ਹੋਇਆ ਕਿਸਾਨ ਨੂੰ ਲੈ ਕੇ ਕਹਿਣਾ ਚਾਹੁੰਦੇ ਹਾਂ ਜੀ, ਅੱਜ ਕਿਸਾਨ ਦੀ ਡੈਥ ਵੀ ਹੋਈ ਇੱਥੇ ਬਾਰਡਰ ਤੇ। ਕਿੱਥੇ? ਬਾਰਡਰ ਤੇ ਜੀ, ਬਹੁਤ ਮੰਦਭਾਗੀ ਘਟਨਾ। ਫਿਰ ਜੇ ਹਾਰਟ ਅਟੈਕ ਨਾਲ ਵੀ ਹੋਈ ਹੈ ਤਾਂ ਕਿਸਾਨ ਸਾਡਾ ਸਾਥੀ ਹੈ, ਇਸ ਕਰਕੇ ਸਾਨੂੰ ਉਹਦੀ ਤਕਲੀਫ ਹੈ।